ਮਹਿਫਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਲਲੇਟ ਕਿਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਆਪ ਸਭ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਪ੍ਰੋਗਰਾਮ ਰੀਅਲ ਸਟੇਟ ਨਾਲ ਟਾਕ ਲੈ ਕੇ ਮੈਂ ਸੁਧੀਰ ਮਹਿਤਾ ਜੀ ਦੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹਾਂ। ਸੋ ਸੁਧੀਰ ਮਹਿਤਾ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਨੀਰੇਵ ਜੀ, ਅਤੇ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ ਸਾਰੇ ਭੈਣ ਭਰਾਵਾਂ ਨੂੰ, ਸਾਰੇ ਮਹਿਫਿਲ ਟੀ ਵੀ ਦੇ ਸ਼ਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਜਦੋਂ ਅਸੀਂ ਰੀਅਲ ਸਟੇਟ ਟਾਕ ਸ਼ੋਅ ਲੈ ਕੇ ਆਉਂਦੇ ਹਾਂ ਤਾਂ ਇਹਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੰਨੀ ਅਵੇਅਰਨੈਸ ਸਾਡੀ ਜਿਹੜੀ ਆਡੀਅੰਸ ਹੈਗੀ ਹੈ ਜਾਂ ਸਾਡੇ ਦੇਖਣ ਵਾਲੇ ਦਰਸ਼ਕ ਨੇ ਉਹਨਾਂ ਨੂੰ ਦਿੱਤੀ ਜਾਵੇ, ਤਾਂ ਕਿ ਜਦੋਂ ਉਹਨਾਂ ਨੇ ਘਰ ਲੈਣਾ ਜਾਂ ਘਰ ਵੇਚਣਾ ਜਾਂ ਕੋਈ ਪ੍ਰੋਪਰਟੀ ਬਾਏ ਕਰਨੀ ਹੈ ਜਾਂ ਪ੍ਰੋਪਰਟੀ ਸੈੱਲ ਕਰਨੀ ਹੈ ਜਾਂ ਮਨੀ ਇਨਵੈਸਟ ਕਰਨੀ ਹੈ ਜਾਂ ਫਿਊਚਰ ਵਾਸਤੇ ਤੁਸੀਂ ਕੋਈ ਪਲਾਨ ਕਰਨਾ ਹੈਗਾ ਆਉਣ ਵਾਲੇ ਸਾਲਾਂ ਦੇ ਵਿੱਚ ਘਰ ਲੈਣ ਵਾਸਤੇ, ਤਾਂ ਉਹਦੇ ਨਾਲ ਬਹੁਤ ਵਧੀਆ ਗੱਲਾਂ ਬਾਤਾਂ ਸੁਧੀਰ ਜੀ ਲੈ ਕੇ ਆਉਂਦੇ ਆ। ਔਰ ਬੜੇ ਹੀ ਮੈਂ ਕਹੂੰਗਾ ਕਿ ਸਹੀ ਤਰੀਕੇ ਦੇ ਨਾਲ ਔਰ ਬੜੀ ਇਮਾਨਦਾਰੀ ਦੇ ਨਾਲ ਤੁਹਾਡੇ ਨਾਲ ਇਹ ਸਾਰੀਆਂ ਗੱਲਾਂ ਬਾਤਾਂ ਖੋਲ੍ਹ ਕੇ ਰੱਖਦੇ ਨੇ। ਔਰ ਤੁਸੀਂ ਪ੍ਰੋਗਰਾਮ ਨੂੰ ਪਸੰਦ ਕਰਦੇ ਹੋ, ਇਹਨਾਂ ਨੂੰ ਫੋਨ ਕਰਕੇ ਬਾਅਦ ਦੇ ਵਿੱਚ ਇਨਕੁਆਇਰੀ ਕਰਦੇ ਹੋ, ਉਹਦੇ ਲਈ ਵੀ ਧੰਨਵਾਦ। ਸੋ ਸੁਧੀਰ ਜੀ, ਕੀ ਚੱਲ ਰਿਹਾ ਅੱਜ ਕੱਲ੍ਹ ਮਾਰਕੀਟ ਦੇ ਵਿੱਚ? ਮਾਰਕੀਟ ਅੱਜ ਕੱਲ੍ਹ ਨਿਰੇਪ ਜੀ ਬਾਇਰ ਵਾਸਤੇ ਵੀ ਬਹੁਤ ਸੋਹਣੀ ਚੱਲ ਰਹੀ ਹੈ ਜੀ, ਅਤੇ ਸੈਲਰ ਵਾਸਤੇ ਬਹੁਤ ਸੋਹਣੀ ਚੱਲ ਰਹੀ ਹੈ, ਇਕਸਾਰ ਚੱਲ ਰਹੀ ਹੈ, ਕਿਉਂਕਿ ਡਿਮਾਂਡ ਐਂਡ ਸਪਲਾਈ ਜਿਹੜੀ ਹੈ ਕਰੀਬ ਕਰੀਬ ਇਕੁਅਲ ਹੈ ਮਾਰਕੀਟ ਵਿੱਚ ਜੀ। ਅਤੇ ਅੱਜ ਅਸੀਂ ਗੱਲਬਾਤ ਕਰਨੀ ਚਾਹਵਾਂਗੇ ਥੋੜ੍ਹੀ ਜਿਹੀ ਟਿਪਸ ਦੇ ਬਾਰੇ, ਜਿਹੜੇ ਹੋਮ ਬਾਇਰਸ ਨੇ ਜਿਹਨਾਂ ਨੇ ਘਰ ਖਰੀਦਣਾ। ਹਾਂਜੀ, ਸਾਰੇ ਦਰਸ਼ਕਾਂ ਨੂੰ ਲਲੇਟ ਕਿਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਆਪ ਸਭ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਪ੍ਰੋਗਰਾਮ ਰੀਅਲ ਸਟੇਟ ਨਾਲ ਟਾਕ ਲੈ ਕੇ ਮੈਂ ਸੁਧੀਰ ਮਹਿਤਾ ਜੀ ਦੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹਾਂ। ਸੋ ਸੁਧੀਰ ਮਹਿਤਾ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਨੀਰੇਵ ਜੀ, ਅਤੇ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ ਸਾਰੇ ਭੈਣ ਭਰਾਵਾਂ ਨੂੰ, ਸਾਰੇ ਮਹਿਫਿਲ ਟੀ ਵੀ ਦੇ ਸ਼ਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਜਦੋਂ ਅਸੀਂ ਰੀਅਲ ਸਟੇਟ ਟਾਕ ਸ਼ੋਅ ਲੈ ਕੇ ਆਉਂਦੇ ਹਾਂ ਤਾਂ ਇਹਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੰਨੀ ਅਵੇਅਰਨੈਸ ਸਾਡੀ ਜਿਹੜੀ ਆਡੀਅੰਸ ਹੈਗੀ ਹੈ ਜਾਂ ਸਾਡੇ ਦੇਖਣ ਵਾਲੇ ਦਰਸ਼ਕ ਨੇ ਉਹਨਾਂ ਨੂੰ ਦਿੱਤੀ ਜਾਵੇ, ਤਾਂ ਕਿ ਜਦੋਂ ਉਹਨਾਂ ਨੇ ਘਰ ਲੈਣਾ ਜਾਂ ਘਰ ਵੇਚਣਾ ਜਾਂ ਕੋਈ ਪ੍ਰੋਪਰਟੀ ਬਾਏ ਕਰਨੀ ਹੈ ਜਾਂ ਪ੍ਰੋਪਰਟੀ ਸੈੱਲ ਕਰਨੀ ਹੈ ਜਾਂ ਮਨੀ ਇਨਵੈਸਟ ਕਰਨੀ ਹੈ ਜਾਂ ਫਿਊਚਰ ਵਾਸਤੇ ਤੁਸੀਂ ਕੋਈ ਪਲਾਨ ਕਰਨਾ ਹੈਗਾ ਆਉਣ ਵਾਲੇ ਸਾਲਾਂ ਦੇ ਵਿੱਚ ਘਰ ਲੈਣ ਵਾਸਤੇ, ਤਾਂ ਉਹਦੇ ਨਾਲ ਬਹੁਤ ਵਧੀਆ ਗੱਲਾਂ ਬਾਤਾਂ ਸੁਧੀਰ ਜੀ ਲੈ ਕੇ ਆਉਂਦੇ ਆ। ਔਰ ਬੜੇ ਹੀ ਮੈਂ ਕਹੂੰਗਾ ਕਿ ਸਹੀ ਤਰੀਕੇ ਦੇ ਨਾਲ ਔਰ ਬੜੀ ਇਮਾਨਦਾਰੀ ਦੇ ਨਾਲ ਤੁਹਾਡੇ ਨਾਲ ਇਹ ਸਾਰੀਆਂ ਗੱਲਾਂ ਬਾਤਾਂ ਖੋਲ੍ਹ ਕੇ ਰੱਖਦੇ ਨੇ। ਔਰ ਤੁਸੀਂ ਪ੍ਰੋਗਰਾਮ ਨੂੰ ਪਸੰਦ ਕਰਦੇ ਹੋ, ਇਹਨਾਂ ਨੂੰ ਫੋਨ ਕਰਕੇ ਬਾਅਦ ਦੇ ਵਿੱਚ ਇਨਕੁਆਇਰੀ ਕਰਦੇ ਹੋ, ਉਹਦੇ ਲਈ ਵੀ ਧੰਨਵਾਦ। ਸੋ ਸੁਧੀਰ ਜੀ, ਕੀ ਚੱਲ ਰਿਹਾ ਅੱਜ ਕੱਲ੍ਹ ਮਾਰਕੀਟ ਦੇ ਵਿੱਚ? ਮਾਰਕੀਟ ਅੱਜ ਕੱਲ੍ਹ ਨਿਰੇਪ ਜੀ ਬਾਇਰ ਵਾਸਤੇ ਵੀ ਬਹੁਤ ਸੋਹਣੀ ਚੱਲ ਰਹੀ ਹੈ ਜੀ, ਅਤੇ ਸੈਲਰ ਵਾਸਤੇ ਬਹੁਤ ਸੋਹਣੀ ਚੱਲ ਰਹੀ ਹੈ, ਇਕਸਾਰ ਚੱਲ ਰਹੀ ਹੈ, ਕਿਉਂਕਿ ਡਿਮਾਂਡ ਐਂਡ ਸਪਲਾਈ ਜਿਹੜੀ ਹੈ ਕਰੀਬ ਕਰੀਬ ਇਕੁਅਲ ਹੈ ਮਾਰਕੀਟ ਵਿੱਚ ਜੀ। ਅਤੇ ਅੱਜ ਅਸੀਂ ਗੱਲਬਾਤ ਕਰਨੀ ਚਾਹਵਾਂਗੇ ਥੋੜ੍ਹੀ ਜਿਹੀ ਟਿਪਸ ਦੇ ਬਾਰੇ, ਜਿਹੜੇ ਹੋਮ ਬਾਇਰਸ ਨੇ ਜਿਹਨਾਂ ਨੇ ਘਰ ਖਰੀਦਣਾ। ਹਾਂਜੀ, ਸੋ ਸੁਧੀਰ ਮਹਿਤਾ ਜੀ ਅੱਜ ਟੋਪਿਕ ਲੈ ਕੇ ਆਏ ਕਿ ਜਿਹੜੇ ਸਾਡੇ ਵੀਰ ਭੈਣਾਂ ਨੇ ਘਰ ਖਰੀਦਣਾ ਉਹਨਾਂ ਵਾਸਤੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ, ਉਹ ਜਿਹੜੇ ਟਿਪਸ ਹੈਗੇ ਆ ਉਹ ਟਿਪਸ ਤੁਹਾਡੇ ਨਾਲ ਇਹ ਸ਼ੇਅਰ ਕਰਨਗੇ। ਸੋ ਸੁਧੀਰ ਜੀ, ਕੀ ਤੁਹਾਡੀ ਟਿਪਸ ਜਾਂ ਟਿਪਸ ਫੋਰ ਹੋਮ ਬਾਇਰ, ਅੱਜ ਅਸੀਂ ਇਹਦੇ ਬਾਰੇ ਗੱਲ ਕਰਾਂਗੇ ਕਿ ਤੁਸੀਂ ਜਦੋਂ ਕਾਰ ਲੈਣ ਲੱਗੇ, ਭਾਵੇਂ ਤੁਸੀਂ ਫਸਟ ਟਾਈਮ ਬਾਇਰ ਹੋ, ਭਾਵੇਂ ਤੁਸੀਂ ਇਨਵੈਸਟਰ ਹੋ, ਅਤੇ ਭਾਵੇਂ ਤੁਸੀਂ ਹੋਰ ਇੱਕ ਦੂਜਾ ਕਾਰ ਐਡੀਸ਼ਨ ਲੈਣ ਲੱਗੇ ਹੋ, ਅਤੇ ਹੋਮ ਬਾਇਰ ਜਦੋਂ ਕਾਰ ਖਰੀਦਣ ਤੋਂ ਪਹਿਲੇ ਤੁਹਾਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਤਾਂ ਕਿ ਜਿਹੜੀ ਤੁਹਾਨੂੰ ਜਿਹੜੀਆਂ ਉਹਦਾ ਵੇ ਵਾਲੀ ਪ੍ਰੋਬਲਮ ਹੁੰਦੀਆਂ ਨੇ ਉਹ ਤੁਸੀਂ ਘੱਟ ਤੋਂ ਘੱਟ ਕਰ ਸਕੋ, ਮਤਲਬ ਪ੍ਰੋਬਲਮ ਨਾਮ ਤੋਂ ਤੁਹਾਡੀ ਜਿਹੜੀ ਟ੍ਰਾਂਜੈਕਸ਼ਨ ਹੈ ਉਹ ਪੂਰੀ ਸਮੂਥ ਚੱਲ ਸਕੇ। ਸਭ ਤੋਂ ਪਹਿਲਾਂ ਤਾਂ ਨੀਰੇ ਜੀ ਮੈਂ ਇਹ ਕਹਾਂਗਾ, ਤੁਸੀਂ ਪਹਿਲੇ ਆਪਣੇ ਘਰ ਬੈਠ ਕੇ ਆਪਣੇ ਆਪ ਤੋਂ ਕੁਝ ਸਵਾਲ ਪੁੱਛਣੇ ਨੇ ਔਰ ਪੂਰੀ ਤਰ੍ਹਾਂ ਉਹਨੂੰ ਸਮਝ ਲੈਣਾ, ਅੰਡਰਸਟੈਂਡ ਕਰਨਾ ਕਿ ਤੁਸੀਂ ਕਾਰ ਕਿਉਂ ਲੈਣਾ ਚਾਹੁੰਦੇ ਹੋ। ਆਪਣੇ ਆਪ ਨੂੰ ਸਵਾਲ ਪੁੱਛੋ ਵੀ ਮੈਂ ਕਾਰ ਲੈਣਾ, ਮੈਂ ਕਾਰ ਕਿਉਂ ਲੈਣਾ ਚਾਹੁੰਦਾ ਵਾਂ, ਅਤੇ ਜਿਹੜਾ ਵੀ ਆਨਸਰ ਤੁਹਾਡਾ ਹੈਗਾ ਉਹਨੂੰ ਤੁਸੀਂ ਚੰਗੀ ਤਰ੍ਹਾਂ ਸਮਝੋ, ਤੁਸੀਂ ਕਾਰ ਆਪਣੇ ਵਾਸਤੇ ਲੈਣਾ ਚਾਹੁੰਦੇ ਹੋ, ਤੁਸੀਂ ਕਾਰ ਰੈਂਟਲ ਪਰ ਲਾ ਕੇ ਰੈਂਟ ਦੇ ਦੇਣਾ ਉਹਦੇ ਵਾਸਤੇ ਚਾਹੁੰਦੇ ਹੋ, ਜਾਂ ਤੁਸੀਂ ਕਾਰ ਲੈ ਕੇ, ਹੁਣ ਕਈ ਭੈਣ ਭਰਾ ਨੇ ਕਾਰ ਲਾ ਕੇ ਥੋੜ੍ਹਾ ਜਿਹਾ ਫਲਿੱਪ ਕਰ ਦਿੰਦੇ ਹੋ, ਠੀਕ ਹੈ, ਤੁਸੀਂ ਕਾਰ ਲੈ ਕੇ ਉਹਨੂੰ ਵੇਚਣਾ ਅੱਗੇ ਚਾਹੁੰਦੇ ਹੋ,
ਜਿਹੜਾ ਮੇਨ ਰੀਜ਼ਨ ਹੈ ਤੁਹਾਡਾ ਬਾਇੰਗ ਦੇ ਪਿੱਛੇ, ਉਹਨੂੰ ਤੁਸੀਂ ਚੰਗੀ ਤਰ੍ਹਾਂ ਪਹਿਲੇ ਆਪ ਸਮਝੋ, ਇਹ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਨਿਲੇਪ ਜੀ, ਸਭ ਤੋਂ ਵੱਡੀ ਗੱਲ, ਆਪਣਾ ਤੁਸੀਂ ਜਿਹੜਾ ਤੁਹਾਡਾ ਕ੍ਰੈਡਿਟ ਸਕੋਰ ਹੈ ਉਹਨੂੰ ਚੈੱਕ ਕਰੋ ਜੀ। ਜਦੋਂ ਇਹ ਪਤਾ ਲੱਗ ਗਿਆ ਮੈਂ ਘਰ, ਮੰਨ ਲਓ ਹੁਣ ਫਸਟ ਟਾਈਮ ਬਾਹਰ ਹੈ ਜੀ, ਮੈਂ ਘਰ ਆਪਣੇ ਰਹਿਣ ਵਾਸਤੇ ਰਹਿਣਾ ਵੀ ਇਹ ਪੱਕਾ ਹੈ ਮੈਂ ਰਹਿਣਾ ਹੈ, ਠੀਕ ਹੈ, ਉਹਨੂੰ ਪਤਾ ਲੱਗਿਆ ਤਾਂ ਉਹਦੇ ਹਿਸਾਬ ਨਾਲ ਆਪਣੀ ਤਿਆਰੀ ਵੀ ਕਰੇਗਾ ਜੀ। ਅਤੇ ਜਦੋਂ ਇਹ ਚੀਜ਼ ਪੂਰੀ ਹੋ ਗਈ ਫਿਰ ਤੁਸੀਂ ਆਪਣਾ ਕ੍ਰੈਡਿਟ ਸਕੋਰ ਜ਼ਰੂਰ ਚੈੱਕ ਕਰੋ ਜੀ। ਉਸ ਤੋਂ ਬਾਅਦ ਇੱਕ ਚੀਜ਼ ਆਉਂਦੀ ਹੈ ਆਪਣਾ ਬਜਟ ਬਣਾਉਣਾ। ਅੱਛਾ ਜੀ, ਮੈਂ ਮੈਂ ਸੋਚਿਆ ਮੈਂ ਕਾਰ ਲੈਣਾ ਹੈ। ਤੁਸੀਂ ਉਹਨਾਂ ਨੂੰ ਬਾਈ ਮੇਲ ਜਾਂ ਫੋਨ ਕਰੋ ਵੀ ਤੁਹਾਨੂੰ ਮੇਲ ਕਰ ਦੇਣ, ਉਹਨਾਂ ਦੇ ਆਫਿਸ ਜਾ ਕੇ ਤੁਸੀਂ ਆਪਣਾ ਲੈ ਸਕਦੇ ਹੋ। ਕਈ ਕੇਸਿਸ ਵਿੱਚ ਥੋੜੀ ਬਹੁਤ ਕਾਸਟ ਕਰਦਾ ਹੈ ਤੇ ਕਈ ਕੇਸਿਸ ਵਿੱਚ ਫ੍ਰੀ ਵੀ ਹੁੰਦਾ ਹੈ, ਠੀਕ ਹੈ। ਤੇ ਤੁਸੀਂ ਆਪਣਾ ਕ੍ਰੈਡਿਟ ਸਕੋਰ ਜ਼ਰੂਰ ਚੈੱਕ ਕਰੋ, ਅਤੇ ਜੇ ਤੁਸੀਂ ਸਾਲ 'ਚ ਦੋ ਚੈੱਕ ਕਰਦੇ ਹੋ ਤਾਂ ਇਹਦਾ ਕੋਈ ਫਰਕ ਵੀ ਨਹੀਂ ਕਿਤੇ ਵੀ ਪੈਂਦਾ। ਤੁਸੀਂ ਆਪਣਾ ਤੁਹਾਡਾ ਕੋਈ ਜਾਣ ਕੋਈ ਮੋਰਗੇਜ ਵਾਲਾ ਜਾਂ ਬੈਂਕ ਵਾਲਾ ਜਾਣਕਾਰ ਹੋਵੇ, ਜਾਂ ਤੁਸੀਂ ਈਕੋਫੈਕ ਨੂੰ ਫੋਨ ਕਰੋ, ਉਹ ਪੁੱਛੋ ਵੀ ਮੇਰੀ ਰੇਟਿੰਗ ਕੀ ਹੈ ਇਸ ਟਾਈਮ, ਉਹ ਤੁਹਾਨੂੰ ਦੱਸ ਦਿੰਦੇ ਨੇ। ਅਤੇ ਦੇਖੋ ਜਿਹੜੀ 700 ਵਾਲੀ ਰੇਟਿੰਗ ਹੈ, 650 ਤੋਂ ਉੱਪਰ ਉੱਪਰ ਜਿਹੜੀ ਉਹਨੂੰ ਗੁੜ ਕਰਨੀ, ਜੇ 700-710 ਵੀ ਇਹਨੂੰ ਅਸੀਂ ਬਹੁਤ ਅੱਛੀ ਰੇਟਿੰਗ ਕਰਨੀ ਆ, ਠੀਕ ਹੈ। ਅਤੇ ਬਾਕੀ ਜਿਹੜਾ ਹੁਣ ਇਹ ਸਵਾਲ ਆਉਂਦਾ ਇਹ ਕਿਉਂ ਚਾਹੀਦੀ ਹੈ, ਇਹ ਸਾਨੂੰ ਮੋਰਗੇਜ ਲੈਣ ਵਿੱਚ ਹੈਲਪ ਕਰਦੀ ਹੈ ਇਹ ਜਿਹੜੀ ਰੇਟਿੰਗ ਹੈ। ਅਤੇ ਹੁਣ ਕੋਈ ਬੈਂਕ 650 ਦੇ ਉਹਨੂੰ ਠੀਕ ਸਮਝਦੇ ਨੇ, ਕਈ ਕਹਿੰਦੇ ਨੇ ਇਸ ਤੋਂ ਉੱਪਰ ਉੱਪਰ ਹੋਵੇ। ਲੇਕਿਨ ਤੁਸੀਂ ਜਿਹੜਾ ਸਵਾਲ ਪੁੱਛਿਆ ਕਿ ਰੇਟਿੰਗ ਕਿਹੜੀ ਸੀ, ਜਿਹੜੀ